ਜ਼ਿਲ੍ਹਾ ਪਟਿਆਲਾ ਦੇ ਐਸਐਸਪੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੈੜੇ ਅਨਸਰਾਂ ਖਿਲਾਫ ਵੱਡੀ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਟਿਆਲਾ ਦੀ ਥਾਣਾ ਸਦਰ ਪੁਲਿਸ ਵੱਲੋਂ ਚਾਰ ਵੱਖ-ਵੱਖ ਮਾਮਲਿਆਂ ਵਿੱਚ 100 ਪੇਟੀਆਂ ਸਣੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਥਾਣਾ ਸਦਰ ਦੇ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਗੁਪਤ ਸੂਚਨਾ ਤੇ ਨਾਕਾਬੰਦੀ ਦੌਰਾਨ ਇਹਨਾਂ ਨੂੰ ਨਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਦੋਸ਼ੀਆਂ ਨੂੰ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਕੋਲੋਂ ਹੋਰ ਵੱਡਮੁੱਲੀ ਜਾਣਕਾਰੀ ਮਿਲ ਸਕੇ। ਜੀ ਮਾਣਯੋਗ ਸਾਡੇ ਐਸਐਸਪੀ ਸ਼੍ਰੀ ਵਿਕਰਮਜੀਤ ਦੁੱਗਲ ਆਈਪੀਐਸ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਇਹ ਥਾਣਾ ਸਦਰ ਪਟਿਆਲਾ ਦੇ ਪੁਲਿਸ ਵੱਲੋਂ ਜਿਹੜੇ 4 ਮੁਕੱਦਮੇ ਆ ਜੀ ਉਹ ਸ਼ਰਾਬ ਦੀ ਤਸਕਰੀ ਦੇ ਅਧੀਨ ਜਿਹੜੇ ਦਰਜ ਕੀਤੇ ਗਏ ਆ। ਕਿੰਨੇ ਕਿੰਨੇ ਪੇਟੀਆਂ ਇਹਦੇ ਵਿੱਚ ਜੀ? ਇੱਕ FIR ਨੰਬਰ 183 ਦੇ ਵਿੱਚ 100-90 ਪੇਟੀਆਂ ਸ਼ਰਾਬ ਹੈ ਜੀ, ਉਹ 'ਚ 2 ਬੰਦੇ ਜਿਹੜੇ ਅਰੈਸਟ ਕੀਤੇ ਗਏ, ਨਾਲ ਉਹਨਾਂ ਕੋਲ ਗੱਡੀ ਬਰਾਮਦ ਕੀਤੀ ਗਈ ਹੈ ਜੀ। ਉਸ ਤੋਂ ਬਿਨਾਂ ਇੱਕ 6 ਪੇਟੀਆਂ ਦਾ ਪਰਚਾ ਦਿੱਤਾ ਗਿਆ ਜੀ, ਇੱਕ 3 ਪੇਟੀਆਂ ਦਾ ਅਤੇ ਇੱਕ ਪੇਟੀ ਦੀ ਜਿਹੜੀ ਰਿਕਵਰੀ ਉਹ ਕੀਤੀ ਗਈ ਜੀ। 4 ਪਰਚੇ ਦਰਜ ਕੀਤੇ ਗਏ। 100 ਪੇਟੀਆਂ ਪਟਿਆਲਾ ਸਪਲਾਈ ਕਰਨੇ ਜੀ, ਕਿਤੇ ਕੋਈ ਪਹਿਲਾਂ ਵੀ ਕੇਸ ਇਸਤੇ ਵੀ ਨਹੀਂ ਜੀ? ਇਹਨਾਂ 'ਤੇ ਪਹਿਲਾਂ ਕੋਈ ਅਜੇ ਪਰਚਾ ਦਰਜ ਨਹੀਂ ਹੈ, ਬਾਕੀ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਮਾਣਯੋਗ ਅਦਾਲਤ ਦੇ ਵਿੱਚੋਂ, ਤਾਂ ਉਹਦੇ ਤੋਂ ਬਾਅਦ ਜਿਹੜਾ ਇਹਦੀ ਅੱਗੇ ਜਿਹੜੀ ਪੁੱਛਗਿੱਛ ਦੇ ਵਿੱਚ ਜਿਹੜੀ ਤਫਤੀਸ਼ ਹੈ ਮੁਕੰਮਲ ਕੀਤੀ ਜਾ ਰਹੀ ਹੈ। ਪਟਿਆਲੇ ਦੇ ਨਹੀਂ ਜੀ, ਇਹਨਾਂ ਵਿੱਚੋਂ ਜਿਹੜੇ 90 ਪੇਟੀਆਂ ਸ਼ਰਾਬ ਦੇ ਨਾਲ ਜਿਹੜੇ ਬੰਦੇ ਫੜੇ ਗਏ ਆ ਜੀ, ਇਹ ਮੋਗੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਜੀ। ਸਵੇਰਾ ਪੰਜਾਬ ਲਈ ਪਟਿਆਲਾ ਤੋਂ ਕੁਲਵਿੰਦਰ ਘੁੰਮਣ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84-374-94-647, 84-374-94-648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।